ਹੈਲੋ ਜੀ, ਕਿੱਦਾਂ ਹੋ? ਆਈ ਹੋਪ ਆਪ ਸਭ ਠੀਕ ਹੋਵੋਗੇ। ਮੈਂ ਵੀ ਠੀਕ ਹਾਂ। ਵੈਲਕਮ ਟੂ ਅਨਦਰ ਵਲੌਗ। ਅੱਜ ਬਣਾਉਣ ਲੱਗੇ ਸਬਜ਼ੀ ਪਤਾਵਾਂ ਦੀ ਔਰ ਕਰਨ ਲੱਗੇ ਤੁਹਾਡੇ ਨਾਲ ਸ਼ੇਅਰ। ਬਸ ਪਤਾਵਾਂ ਨੂੰ ਵਾਲ ਲਿਆ ਸੀਗਾ, ਵਾਲ ਕੇ ਉਹਨਾਂ ਛਿਲਕ ਕੇ ਉਹਨਾਂ ਦੀ ਮਤਲਬ ਲਾ ਕੇ ਅਤੇ ਉਹਨਾਂ ਨੂੰ ਪੇਸਟ ਜਿਹਾ ਕਰ ਪੇਸਟ ਜਿਹਾ ਇੱਦਾਂ ਦਾ ਬਣਾ ਕੇ ਕਰ ਲਿਆ ਸੀਗਾ। ਮਾੜਾ ਜਿਹਾ ਗ੍ਰਾਇੰਡ ਕਰ ਲਏ, ਉਸ ਤੋਂ ਬਾਅਦ ਵਧੀਆ ਜਿਹਾ ਤੜਕਾ ਤਿਆਰ ਕਰਕੇ ਅਤੇ ਸਬਜ਼ੀ ਬਣਾ ਲਈ। ਬੱਚੇ ਬਤਾਵਾਂ ਦੀ ਬਣਾਈ ਤਾਂ ਹੈ, ਲੇਕਿਨ ਬੱਚੇ ਨਹੀਂ ਪਸੰਦ ਕਰਦੇ, ਉਹਨਾਂ ਵਾਸਤੇ ਕੁਛ ਅਲੱਗ ਹੀ ਬਣਾਉਣਾ ਪਊਗਾ। ਬੱਚੇ ਬਤਾਵਾਂ ਘੱਟ ਹੀ ਪਸੰਦ ਕਰਦੇ ਆ। ਔਰ ਪਲੀਜ਼ ਤੁਸੀਂ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਕਮੈਂਟ ਜ਼ਰੂਰ ਕਰਿਆ ਕਰੋ। ਬਸ ਛੋਟੀ ਮੋਟੀ ਵੀਡੀਓ ਪਾ ਰਹੇ ਹਾਂ ਅਸੀਂ, ਵਲੋਗਿੰਗ ਕਰਦੀ ਮੈਂ ਛੋਟੀ ਮੋਟੀ, ਬਸ ਘਰ ਦੀ ਰੋਟੀਨ। ਅੱਜ ਕੱਲ੍ਹ ਸਾਡਾ ਰਵਨੀਤ ਵੀ ਬੜਾ ਸ਼ਰਾਰਤੀ ਹੋ ਗਿਆ ਪੁੱਠੇ। ਤੁਸੀਂ ਵੀਡੀਓ 'ਚ ਦੇਖਿਆ ਹੀ ਉਹਨਾਂ ਕਿੱਦਾਂ ਪੁੱਠੇ ਸਿੱਧੇ ਪੰਗੇ ਲੈਂਦਾ ਵੀ ਰਵਨੀਤ। ਬਾਕੀ ਸਬਜ਼ੀ ਬਣਾਉਣੀ ਤਾਂ ਬਹੁਤ ਈਜ਼ੀ ਹੈ, ਝਟ ਬਣ ਜਾਂਦੀ ਹੈ। ਖੇਚਲ ਜੀ ਕਰਨੀ ਪੈਂਦੀ ਹੈ ਕਿ ਪਤਾਉ ਪਹਿਲਾਂ ਉਬਾਲਣੇ ਪੈਂਦੇ ਜਾਂ ਭੁੰਨੋ, ਉਬਾਲੋ ਜਾਂ ਭੁੰਨੋ, ਉਸ ਤੋਂ ਬਾਅਦ ਦੇ ਵਿੱਚ ਫਿਰ ਤੜਕਾ ਤਿਆਰ ਕਰਕੇ ਲਾ ਲਓ। ਇਹਦਾ ਮੰਮੀ ਕਰ ਰਹੇ ਸੀਗੇ, ਥੋੜ੍ਹਾ ਜਿਹਾ ਸਿਲਾਈ ਜੀ ਕਰ ਰਹੇ ਸੀ ਝੱਗੇ ਦੀ। ਰਵਨੀਤ ਸੀ ਸਹਿਜ ਦਾ, ਸਹਿਜ ਨੇ ਖਰਾਬ ਜਿਹਾ ਹੋ ਗਿਆ। ਚਲੋ ਥੋੜ੍ਹੀ ਬੀਡਿੰਗ ਜੀ ਕਰ ਰਹੇ ਸੀਗੇ ਤਾਂ ਬੱਚੇ ਕੁਛ ਨਾ ਕੁਛ ਕਰਦੇ ਰਹਿੰਦੇ, ਕੱਪੜਿਆਂ ਨਾਲ ਖਰਾਬ ਹੁੰਦੀ ਕਰਨੀਆਂ ਹੀ ਪੈਂਦੀਆਂ ਕੁਛ ਨਾ ਕੁਛ। ਔਰ ਰਵਨੀਤ ਦੇਖ ਰਿਹਾ ਟੀਵੀ, ਔਰ ਬੱਚੇ ਇੱਧਰ ਬਣਾ ਰਹੀ ਹਾਂ ਮੈਂ, ਇੱਧਰ ਬਣਾ ਰਹੀ ਮੈਂ ਪਨੀਰ ਦੀ ਭੁਰਜੀ। ਔਰ ਬੱਚੇ ਬਤਾਉ ਨਹੀਂ ਖਾਂਦੇ ਨਾ, ਉਹਨਾਂ ਮਤਲਬ ਮੇਨਲੀ ਸਾਰੇ ਬੱਚੇ ਨਹੀਂ ਪਸੰਦ ਕਰਦੇ ਬਤਾਵਾਂ ਨੂੰ, ਤਾਂ ਹੀ ਮੈਂ ਕਿਹਾ ਚੱਲ ਥੋੜ੍ਹੀ ਜਿਹੀ ਪਨੀਰ ਦੀ ਭੁਰਜੀ ਬਣਾ ਲਈ ਹੈ ਤਾਂ ਬੱਚੇ ਖੁਸ਼ ਰੋਟੀ ਖਾ ਲੈਣਗੇ ਰਾਤ ਨੂੰ। ਝੱਟ ਬਣ ਜਾਂਦੀ, ਬਹੁਤ ਈਜ਼ੀ ਹੁੰਦੀ ਹੈ। ਤਾਂ ਪਿਆਜ਼ ਕੱਟੋ ਅਤੇ ਵਿੱਚ ਪਨੀਰ ਪਾ ਦਿਉ, ਇੱਕ ਤਰੀਕੇ ਦਾ ਬਹੁਤ ਈਜ਼ੀ ਐਂਡ ਸਭ ਤੋਂ ਜ਼ਿਆਦਾ ਮੈਗੀ ਨਾਲ ਵੀ ਈਜ਼ੀ ਹੈ। ਗਰਮੀਆਂ 'ਚ ਵੀ ਇਹ ਸਬਜ਼ੀ ਹੁੰਦੀ, ਕੱਦੂ ਬਣਾ ਲਓ, ਬਤਾਉ ਬਣਾ ਲਓ। ਔਰ ਬੱਚੇ ਚਲੋ ਕੱਦੂ ਕੁੱਦੂ ਤਾਂ ਖਾ ਹੀ ਲੈਂਦੇ ਔਖੇ ਸੁੱਕੇ ਹੋ ਕੇ, ਤੋਰੀਆਂ ਅਤੇ ਬਤਾਵਾਂ ਨੂੰ ਕਰਦੇ ਨਖਰੇ, ਬਤਾਉ ਨਹੀਂ ਖਾਂਦੇ। ਅਤੇ ਉਹਨਾਂ ਵਾਸਤੇ ਕੁਛ ਨਾ ਕੁਛ ਬਣਾਉਣਾ ਤਾਂ ਪੈਂਦਾ ਹੀ ਆ, ਬੱਚਿਆਂ ਨੇ ਫਿਰ ਰੋਟੀ ਵੀ ਤਾਂ ਖਾਣੀ ਆ। ਪਲੀਜ਼ ਕਮੈਂਟ ਕਰਕੇ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਡੇ ਵੀ ਬੱਚੇ ਤਾਂ ਬਤਾਉਣ ਨੂੰ ਨਖਰੇ ਕਰਦੇ ਆ। ਮੇਰੇ ਤਾਂ ਬਹੁਤ ਜ਼ਿਆਦਾ ਹੀ ਕਰਦੇ ਆ ਨਖਰਿਆਂ ਵੱਲ, ਅਤੇ ਉਹ ਹੀ ਨਹੀਂ ਕਰਦੇ। ਇੱਕ ਖਬਰ ਕਿੰਨੀ ਮਾੜੀ, ਕੋਲਕਾਤਾ ਵਾਲੀ, ਉਹ ਜਿਹੜੀ ਡਾਕਟਰ ਦੇ ਨਾਲ ਹੋਇਆ, ਇੱਦਾਂ ਦੀਆਂ ਖਬਰਾਂ ਸੁੱਖ ਕੇ ਮਨ ਹੀ ਡਰ ਜਾਂਦਾ ਕਿੱਦਾਂ ਅੱਜ ਕੱਲ੍ਹ ਕੀ ਕੁਛ ਹੋ ਰਿਹਾ। ਇੱਕ ਤਰੀਕੇ ਦਾ ਕਲਯੁੱਗ ਘੋਰ ਕਲਯੁੱਗ ਹੀ ਆ, ਬਹੁਤ ਬੁਰਾ ਹੋਇਆ।